ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵੱਡ ਭਾਗੀ ਪਾਏ। ਜੁਗੋ ਜੁਗ ਅਟਲ ਚਵਰ ਤਖਤ ਦੇ ਮਾਲਕ, ਹਲਤ ਪਲ ਦੇ ਰੱਖਿਅਕ, ਸ਼ਬਦ ਗੁਰੂ ਸਰਬੇ ਤੈਨਾਤ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਜੁੜ ਬੈਠੀ ਗੁਰੂ ਰੂਪ ਸਾਹਿਬ ਸੰਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਹੀ ਬਹੁਤ ਧੰਨਤਾ ਯੋਗ ਹਾਂ, ਵੱਡਿਆਂ ਭਾਗਾਂ ਵਾਲੇ ਹਾਂ। ਧੰਨ ਧੰਨ ਬਾਬਾ ਆਨੰਦ ਸਿੰਘ ਜੀ ਨਾਨਕਸਾ ਕਲੇਰਾਂ ਵਾਲੇ, ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਉਹਨਾਂ ਦੇ ਵਰਸਾਏ ਹੋਏ, ਸੰਤ ਬਾਬਾ ਸਾਧੂ ਸਿੰਘ ਜੀ ਜਿਨ੍ਹਾਂ ਦੀ ਅੱਜ ਇਸ ਪਾਵਨ ਸਥਾਨ 'ਤੇ ਮਿੱਠੀ ਅਤੇ ਨਿੱਘੀ ਨੌਵੀਂ ਬਰਸੀ ਮਨਾਈ ਜਾ ਰਹੀ ਆ। ਅੰਮ੍ਰਿਤ ਵੇਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਦੀ ਸਮਾਪਤੀ ਕੀਤੀ ਗਈਆਂ, ਉਪਰੰਤ ਅਲਾਹੀ ਬਾਣੀ ਦੇ ਕੀਰਤਨ ਹੋਏ। ਬਹੁਤ ਹੀ ਦੂਰੋਂ ਦੁਰਾਡਿਓਂ ਮਹਾਂਪੁਰਖ ਸੰਤ ਸਾਧੂ ਮਹਾਤਮਾ ਰਾਗੀ ਸਿੰਘ ਢਾਡੀ ਸਿੰਘ ਕਵਿਸ਼ੀ ਜੱਥੇ ਆ ਕੇ ਆਪ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਬਾਣੀ ਦੇ ਨਾਲ ਜੋੜਿਆ। ਆਪ ਜੀ ਨੇ ਮੇਰੇ ਤੋਂ ਪਹਿਲਾਂ ਮਹਾਂਪੁਰਸ਼ਾਂ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕੀਤੀਆਂ ਨੇ। ਇਸ ਸਥਾਨ ਦੇ ਮੁਖੀ ਸੰਤ ਬਾਬਾ ਲੱਖਾ ਸਿੰਘ ਜੀ, ਸੰਤ ਬਾਬਾ ਗੁਰਦੇਵ ਸਿੰਘ ਚੰਡੀਗੜ੍ਹ ਵਾਲੇ, ਬਾਬਾ ਗੇਜਾ ਸਿੰਘ ਜੀ ਅਤੇ ਹੋਰ ਬਹੁਤ ਹੀ ਸਾਧੂ ਜਨ ਮਹਾਂਪੁਰਸ਼ ਬੈਠੇ ਨੇ, ਜਿਨ੍ਹਾਂ ਪਾਸੋਂ ਆਪ ਜੀ ਨੇ ਗੁਰਮਤਿ ਵਿਚਾਰਾਂ, ਗੁਰੂ ਇਤਿਹਾਸ, ਬਾਬਾ ਜੀ ਜੀਵਨੀ ਬਾਰੇ ਸਰਵਣ ਕਰਨਾ। ਬਾਬਾ ਸਾਧੂ ਸਿੰਘ ਜੀ ਜਿਨ੍ਹਾਂ ਨੇ ਇਸ ਸਥਾਨ 'ਤੇ ਰਹਿ ਕੇ ਬਾਬਾ ਈਸ਼ਰ ਸਿੰਘ ਜੀ ਆਨੰਦ ਸਾਹਿਬ ਕਲੇਰਾਂ ਦੀ ਬਹੁਤ ਮਹਾਨ ਸੇਵਾ ਕੀਤੀ ਹੈ। ਸੇਵਕ ਸੇਵਾ ਬੜਿਆਈ, ਹੁਕਮ ਬੂਝ ਪਰਮ ਪਦ ਪਾਈ। ਸਾਧ ਸੰਗਤ ਜਿਨ੍ਹਾਂ ਨੇ ਸੇਵਾ ਕੀਤੀ ਹੈ, ਕਮਾਈ ਕੀਤੀ ਹੈ, ਨਾਮ ਜਪਿਆ, ਉਹਨਾਂ ਨੂੰ ਇਹ ਸੇਵਾਵਾਂ ਪ੍ਰਾਪਤ ਹੁੰਦੀਆਂ ਨੇ। ਇਸ ਤਰ੍ਹਾਂ ਸੰਤ ਬਾਬਾ ਲੱਖਾ ਸਿੰਘ ਜੀ ਜੋ ਇਸ ਸਥਾਨ 'ਤੇ ਮੁਖੀ ਹਨ, ਉਹਨਾਂ ਨੇ ਬਾਬਾ ਬਾਬਾ ਸਾਧੂ ਸਿੰਘ ਜੀ ਦੀ ਗੋਦ 'ਚ ਬੈਠ ਕੇ ਉਹਨਾਂ ਦੀ ਬੇਅੰਤ ਸੇਵਾ ਕੀਤੀ ਹੈ। ਸੇਵਾ ਤੋਂ ਕਰਨ ਦੇ ਨਾਲ ਹੀ ਸਭ ਕੁਝ ਪ੍ਰਾਪਤ ਹੁੰਦਾ ਹੈ। ਜਿਸ ਨੇ ਸੇਵਾ ਕਰਕੇ ਵੇਖਿਆ ਕੀਤੀ ਹੈ, ਉਸ ਨੂੰ ਸਾਰੀ ਪ੍ਰਾਪਤੀ ਹੁੰਦੀ ਹੈ। ਭਾਈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦੱਸ ਰਹੇ ਬਾਬਾ ਲੱਖਾ ਸਿੰਘ ਜੀ ਕਿ 2 ਸਾਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਤਸ਼ਾਹ ਦੀ ਸੇਵਾ ਨਿਭਾਈ ਹੈ। ਅੱਜ ਦੇ ਯੁੱਗ ਵਾਕਿਆ ਹੀ ਸਹੀ ਗੱਲ ਹੈ, ਜੇ ਕਿਸੇ ਨੂੰ ਕਹਿ ਦਿੰਦੇ 2 ਘੰਟੇ 5 ਮਿੰਟ ਉੱਤੇ ਹੋ ਜਾਣ ਡਿਊਟੀ ਹੋ ਗਈ ਹੈ, ਤਾਂ ਉਸੇ ਟਾਈਮ ਉਹ ਆਪਣਾ ਹਿਲਣਾ ਜ਼ਰੂਰ ਸ਼ੁਰੂ ਕਰ ਦਿੰਦਾ ਹੈ। ਇਸ ਵਾਸਤੇ ਸਾਧ ਸਿੰਘ ਜੀ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੁੜੀਏ, ਮਹਾਂਪੁਰਖਾਂ ਦੇ ਦੱਸੇ ਉਪਦੇਸ਼ ਅਨੁਸਾਰ ਚੱਲੀਏ, ਤਾਂ ਕਿ ਆਪਣਾ ਜੀਵਨ, ਆਪਣਾ ਜਨਮ, ਆਪਣਾ ਸਫਲ ਹੋ ਜਾਵੇ। ਸੰਤ ਬਾਬਾ ਸਾਧੂ ਸਿੰਘ ਜੀ ਜਿਨ੍ਹਾਂ ਨੇ ਨਾਮ ਜਪਿਆ, ਸਿਮਰਨ ਕੀਤਾ, ਭਗਤੀ ਕੀਤੀ ਹੈ, ਉਹਨਾਂ ਦੇ ਪਾਏ ਹੋਏ ਪੂਰਨਿਆਂ 'ਤੇ ਚੱਲ ਕੇ ਆਪਣਾ ਆਪਣੇ ਜੀਵਨ ਨੂੰ ਸਫਲ ਬਣਾਈਏ, ਤਾਂ ਕਿ ਇੱਥੇ ਆਇਆਂ ਦਾ ਕੁਝ ਨਾ ਕੁਝ ਆਪਾਂ ਖੱਟੀਏ। ਜਿਨ ਕੇ ਦਿਨ ਮਨਾਤੇ ਹੋ ਉਨਕੀ ਬਾਤ ਵੀ ਮਾਨਾ ਕਰੋ ਭਾਈ। ਜਿਹਨਾਂ ਮਹਾਂਪੁਰਸ਼ਾਂ ਦੇ ਆਪਾਂ ਦਿਨ ਮਨਾਉਣ ਆਏ ਹਾਂ, ਬਰਸੀ ਮਨਾਉਣ ਆਏ ਹਾਂ, ਉਹਨਾਂ ਦੇ ਦੱਸੇ ਹੋਏ ਉਪਦੇਸ਼ਾਂ 'ਤੇ ਚੱਲ ਕੇ ਆਪਾਂ ਆਪਣੇ ਜੀਵਨ ਨੂੰ ਸਫਲਾ ਕਰੀਏ। ਭੁੱਲਾਂ ਚੁੱਕਾਂ ਦੀ ਮਾਫ਼ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।